ਮੈਂ ਤੁਹਾਨੂੰ ਕਹੀ ਜਾਂਦਾ ਸੀਗਾ ਮੀਡੀਆ ਕਿਆ ਕਹਿ ਰਿਹਾ ਸੀ ਕੋਈ ਕਦੇ ਰਿਪੀਟ ਨਹੀਂ ਹੋਇਆ ਜੀ, ਉਹਨਾਂ ਨੇ ਕਦੇ 2 ਸਾਲ ਵਾਲਿਆ ਰਿਪੀਟ ਹੋਇਆ ਸੀ ਬਰਨਾਲਾ, ਫਿਰ ਅਤੇ ਮੈਂ ਤੁਹਾਨੂੰ ਕਹੀ ਜਾਂਦਾ ਸੀਗਾ ਕਿ ਜੋ ਲੋਕ ਮੈਨੂੰ ਕਹਿ ਰਹੇ ਸੀਗੇ ਮੇਰੀ ਪਰਫੋਰਮੈਂਸ ਤੋਂ ਲੋਕ ਖੁਸ਼ ਸੀਗੇ, 1 ਲੱਖ ਦੀ ਲੀਡ ਇਸ ਵਕਤ ਹੋ ਗਈ, 1 ਲੱਖ ਵੋਟ ਹਜੇ ਗਿਣਨ ਕੋ ਨਹੀਂ ਰਹਿੰਦੀ ਹੈ, ਸੋ 1 ਲੱਖ ਤੋਂ ਉੱਪਰ ਜਿਹੜਾ ਹੈ, ਹਾਲਾਂਕਿ ਬਹੁਤ ਕੋਸ਼ਿਸ਼ਾਂ ਇਹਨਾਂ ਨੇ ਕੀਤੀਆਂ, ਵੱਡੇ ਵੱਡੇ ਪੈਸੇ ਲਾਏ ਇਹਨਾਂ ਨੇ ਔਰ ਕੋਸ਼ਿਸ਼ਾਂ ਕੀਤੀਆਂ ਰੈਲੀਆਂ ਕਰ ਕਰਕੇ ਬੜੀਆਂ ਬੜੀਆਂ ਕਿ ਅਸੀਂ ਕਿਵੇਂ ਨਾ ਕਿਵੇਂ ਇਹਨੂੰ ਡੈਮੇਜ ਕਰੀਏ, ਪਰ ਸੰਗਰੂਰ ਦੇ ਲੋਕਾਂ ਨੇ ਦੱਸਤਾ। ਖਹਿਰਾ ਨੂੰ ਕਿੱਥੇ ਦੇਖਦੇ ਹੋ ਅੱਜ? ਪੀਡੀਏ ਦੇ ਉਮੀਦਵਾਰ ਵੀ ਜਸੀਸ ਰਾਜ ਖੜੇ ਕੀਤੇ ਸੀਗੇ, ਜਮਾਨਤ ਜ਼ਬਤ ਦੇਖਦਾ ਮੈਂ, ਹੋਰ ਕਿੱਥੇ ਦੇਖਦਾ ਉਹਨੂੰ, ਜਮਾਨਤ ਜ਼ਬਤ ਦੇ ਦਿੰਦੇ। ਖਹਿਰਾ ਨੂੰ ਕਿੰਨੀਆਂ ਵੋਟਾਂ ਪਈਆਂ ਨੇ, ਕੀ ਲੱਗਦਾ ਜੀ ਮੈਨੂੰ? ਹਜੇ ਤੱਕ ਮਿਲਿਆ 35-40 ਹਜ਼ਾਰ ਵੋਟ। ਅੱਛਾ, ਹਾਂਜੀ 19 ਚਾਹੋਗੇ? ਉਹ ਜਿਹੜੇ ਕੰਮ ਖਹਿਰਾ ਆਇਆ ਸੀ ਉਹਨੇ ਕਰਤਾ, ਹਰਸਿਮਰਤ ਕੌਰ ਨੂੰ ਜਿਤਾ ਦੂਗਾ। ਤੁਸੀਂ ਸੰਗਰੂਰ ਲਈ ਕੀ ਕਰਨ ਜਾ ਰਹੇ ਹੋ ਜੀ ਹੁਣ? ਮੈਂ ਦੱਸੂਗਾ ਜੀ ਤੁਹਾਨੂੰ ਬਾਅਦ 'ਚ ਹੁਣ।